ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 11 ਅਗਸਤ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਾਨਮੀ ਦੀ ਜਾਣਕਾਰੀ, ਵੱਖ ਵੱਖ ਕੰਟਰੀ ਦੇ ਹਿਸਾਬ ਦੇ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖ਼ਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪੌਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੇ ਪ੍ਰੋਗਰਾਮ ਦੇ ਸਪੌਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9898 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਮੈਰੀਆਨਾ ਉੱਤੇ ਇੰਤਜ਼ਾਰ ਕਰ ਰਹੇ ਵੱਡੇ ਫੈਸਲੇ ਦੇ ਵਿੱਚ DEA ਨੇ ਕਿਹਾ ਹੈ ਕਿ ਉਹ ਮੈਰੀਆਨਾ ਨੂੰ ਦੁਬਾਰਾ ਕਲਾਸੀਫਾਈ ਨਹੀਂ ਕਰਨਗੇ ਅਤੇ ਉਸਨੂੰ ਉਸੇ ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇਗਾ ਜਿਸ ਦੇ ਵਿੱਚ ਹੀਰੋਇਨ ਅਤੇ ਦੂਸਰੇ ਡਰੱਗਸ ਆਉਂਦੇ ਹਨ। ਮੈਰੀਆਨਾ ਨੂੰ ਸਮਰਥਨ ਕਰਨ ਵਾਲੇ ਕਈ ਲੋਕ ਇਸ ਗੱਲ ਦੀ ਵਕਾਲਤ ਕਰ ਰਹੇ ਸਨ ਕਿ ਇਸ ਨੂੰ ਦੂਸਰੇ ਡਰੱਗਸ ਦੀ ਸ਼੍ਰੇਣੀ ਦੇ ਵਿੱਚੋਂ ਕੱਢ ਦਿੱਤਾ ਜਾਵੇ ਕਿਉਂਕਿ ਇਸ ਦਾ ਮੈਡੀਕਲ ਯੂਜ਼ ਵੀ ਹੁੰਦਾ ਹੈ। ਪਰ DEA ਨੇ ਆਪਣੇ ਦਿੱਤੇ ਫੈਸਲੇ ਦੇ ਵਿੱਚ ਕਿਹਾ ਕਿ ਇਸ ਦਾ ਕੋਈ ਵੀ ਮੈਡੀਕਲ ਫਾਇਦਾ ਨਹੀਂ ਹੈ ਅਤੇ ਕੈਮੀਕਲੀ ਇਸ ਦਾ ਸਟਰਕਚਰ ਵਿਸ਼ਵਾਸ ਕਰਨ ਲਾਇਕ ਨਹੀਂ ਹੈ, ਇਸ ਦੇ ਲਈ ਇਸ ਨੂੰ ਇਲੀਗਲ ਹੀ ਰੱਖਿਆ ਜਾਏਗਾ। ਹਾਲਾਂਕਿ ਜੋ ਕਿ ਕਈ ਚਿਰ ਤੋਂ ਮੰਗ ਚੱਲ ਰਹੀ ਸੀ ਕਿ ਮੈਰੀਆਨਾ ਨੂੰ ਮੈਡੀਕਲ ਰਿਸਰਚ ਦੇ ਲਈ ਅਪਰੂਵ ਕਰ ਦਿੱਤਾ ਜਾਏ, ਉਸ ਦੀ ਮੰਗ ਅੱਜ ਡਰੱਗ ਇਨਫੋਰਸਮੈਂਟ ਏਜੰਸੀ DEA ਨੇ ਸਵੀਕਾਰ ਕਰ ਲਈ ਅਤੇ ਹੁਣ ਯੂਨੀਵਰਸਿਟੀ ਜਾਂ ਫਿਰ ਰਿਸਰਚ ਸੈਂਟਰ ਦੇ ਵਿੱਚ ਇਸ ਨੂੰ ਰਿਸਰਚ ਦੇ ਲਈ ਉਗਾਇਆ ਜਾ ਸਕਦਾ ਹੈ। DEA ਨੇ ਆਪਣੇ ਫੈਸਲੇ ਦੇ ਵਿੱਚ ਇਹ ਵੀ ਕਿਹਾ ਕਿ ਜੇਕਰ ਕੋਈ ਸਾਇੰਟਿਫਿਕ ਸਮਝ ਇਸ ਦੇ ਉੱਤੇ ਬਣਦੀ ਹੈ ਤਾਂ ਇਸ ਨੂੰ ਲੀਗਲ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਬਰਨੀ ਸੈਂਡਰਸ ਨੇ ਵੀ ਆਪਣੀ ਟਵੀਟ ਦੇ ਵਿੱਚ ਇਹ ਕਿਹਾ ਕਿ ਮੈਰੀਆਨਾ ਨੂੰ ਪਲੱਸ ਜਾਂ ਫਿਰ ਇਸ ਦੇ ਮਾਈਨਸ ਦੇ ਉੱਤੇ ਬਹਿਸ ਕੀਤੀ ਜਾ ਸਕਦੀ ਹੈ, ਪਰ ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹੀਰੋਇਨ ਅਤੇ ਦੂਸਰੇ ਡਰੱਗਸ ਵਾਂਗੂ ਇਹ ਵੀ ਇੱਕ ਜਾਨਲੇਵਾ ਡਰੱਗ ਹੈ। ਰਿਸਰਚ ਦੇ ਵਿੱਚ ਵੀ ਇਹ ਸਾਹਮਣੇ ਆਇਆ ਹੈ ਕਿ ਵੀਡ ਜਾਂ ਫਿਰ ਮੈਰੀਆਨਾ ਬੰਦੇ ਦੀ ਸੋਚਣ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ ਅਤੇ ਸਲੋ ਵੀ ਕਰਦੀ ਹੈ। ਇਸ ਦੇ ਨਾਲ ਸਰੀਰ ਬਿਲਕੁਲ ਆਲਸੀ ਹੋ ਜਾਂਦਾ ਹੈ, ਜੋ ਕਿ ਬਾਅਦ ਦੇ ਵਿੱਚ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਫ੍ਰੀ ਐਜੂਕੇਸ਼ਨ ਦਾ ਮੁੱਦਾ, ਜੋ ਕਿ ਕਾਫੀ ਦੇਰ ਦਾ ਚੱਲ ਰਿਹਾ ਹੈ ਅਤੇ ਬਰਨੀ ਸੈਂਡਰਸ ਨੇ ਵੀ ਆਪਣੇ ਕੈਂਪੇਨ ਦੇ ਵਿੱਚ ਇਸ ਦਾ ਕਾਫੀ ਸਮਰਥਨ ਕੀਤਾ ਸੀ। ਹੁਣ ਡਿਟਰੋਇਟ ਤੋਂ ਆਈ ਇੱਕ ਖਬਰ ਦੇ ਮੁਤਾਬਿਕ ਡਿਟਰੋਇਟ ਦੇ ਕਮਿਊਨਿਟੀ ਕਾਲਜਸ ਦੇ ਵਿੱਚ ਹਾਈ ਸਕੂਲ ਗ੍ਰੈਜੂਏਟ ਸਟੂਡੈਂਟ ਦੇ ਲਈ ਟਿਊਸ਼ਨ ਫੀ ਫ੍ਰੀ ਕਰ ਦਿੱਤੀ ਗਈ ਹੈ। ਡਿਟਰੋਇਟ ਦੇ 5 ਕਮਿਊਨਿਟੀ ਕਾਲਜਸ ਦੇ ਵਿੱਚ ਹੁਣ ਗ੍ਰੈਜੂਏਟ ਸਟੂਡੈਂਟ ਨੂੰ ਪੜ੍ਹਨ ਦੇ ਲਈ ਇੱਕ ਵੀ ਪੈਸਾ ਨਹੀਂ ਖਰਚਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਦੇ ਤਹਿਤ 2018 ਤੱਕ ਫੰਡ ਪ੍ਰਾਈਵੇਟ ਸਕਾਲਰਸ਼ਿਪ ਫਾਊਂਡੇਸ਼ਨ ਤੋਂ ਆਉਣਗੇ, ਪਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਪਰਟੀ ਟੈਕਸ ਤੋਂ ਵੀ ਕੁਝ ਪੈਸਾ ਆਵੇਗਾ। ਡਿਟਰੋਇਟ ਦੇ ਮੇਅਰ ਮਾਈਕ ਡੱਗਨ ਨੇ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਹਾਈ ਸਕੂਲ ਸੀਨੀਅਰ ਦੇ ਲਈ ਤਿਆਰ ਹੋ ਰਹੇ ਹੋ ਜਾਂ ਫਿਰ ਸੈਕਿੰਡ ਗ੍ਰੇਡਰ ਹੋ ਜਿਨ੍ਹਾਂ ਦਾ ਕਿ ਕਾਲਜ ਕਰੀਅਰ ਹਜੇ ਕਾਫੀ ਪਿਆ ਹੈ। ਡਿਟਰੋਇਟ ਦੇ ਵਿੱਚ ਸਭ ਦੀ ਪੜ੍ਹਾਈ ਮੁਫਤ ਕੀਤੀ ਜਾਏਗੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਹੌਲੀ ਹੌਲੀ ਡਿਟਰੋਇਟ ਦੇ ਸਾਰੇ ਕਾਲਜਸ ਦੇ ਵਿੱਚ ਬੱਚਿਆਂ ਦੀ 4 ਸਾਲ ਦੀ ਪੜ੍ਹਾਈ ਫ੍ਰੀ ਕਰ ਦਿੱਤੀ ਜਾਏਗੀ। ਹਾਲਾਂਕਿ ਇਸ ਪ੍ਰੋਗਰਾਮ ਦੇ ਵਿੱਚ ਟਿਊਸ਼ਨ ਫੀ ਫ੍ਰੀ ਕਰਨ ਦੇ ਲਈ ਉਸ ਸਟੂਡੈਂਟ ਨੂੰ ਜੂਨੀਅਰ ਅਤੇ ਸੀਨੀਅਰ ਈਅਰ ਡਿਟਰੋਇਟ ਦੇ ਪਬਲਿਕ, ਪ੍ਰਾਈਵੇਟ ਜਾਂ ਫਿਰ ਚਾਰਟਰ ਹਾਈ ਸਕੂਲ ਦੇ ਵਿੱਚ ਹੀ ਕੰਪਲੀਟ ਕਰਨੇ ਹੋਣਗੇ। ਇਸ ਦੇ ਵਿੱਚ ਇਹ ਮੈਟਰ ਨਹੀਂ ਕਰੇਗਾ ਕਿ ਉਸਦੀ ਫੈਮਿਲੀ ਕਿੰਨਾ ਕਮਾ ਰਹੀ ਹੈ, ਪਰ ਫਿਰ ਵੀ ਸਟੂਡੈਂਟ ਨੂੰ ਫੈਡਰਲ ਫਾਈਨੈਂਸ਼ੀਅਲ ਏਡ ਲੈਣ ਦੇ ਲਈ ਫਾਰਮ ਭਰਨਾ ਪਵੇਗਾ। ਡਿਟਰੋਇਟ ਰੀਜਨਲ ਚੈਂਬਰ ਦੇ ਮੁਤਾਬਿਕ ਸ਼ੁਰੂ ਦੇ ਵਿੱਚ ਤਕਰੀਬਨ 500 ਬੱਚਿਆਂ ਨੂੰ ਇਸ ਪ੍ਰੋਗਰਾਮ ਦਾ ਫਾਇਦਾ ਪਹੁੰਚੇਗਾ।
ਕੈਨੇਡਾ ਓਨਟਾਰੀਓ ਦੇ ਵਿੱਚ ਪੁਲਿਸ ਰੇਡ ਦੇ ਦੌਰਾਨ ਮਾਰੇ ਗਏ ਇੱਕ ਵਿਅਕਤੀ ਦੇ ਉੱਤੇ ਕੈਨੇਡੀਅਨ ਪੁਲਿਸ ਨੇ ਅੱਜ ਜਾਣਕਾਰੀ ਸਾਂਝੀ ਕੀਤੀ। ਕੈਨੇਡਾ ਦੀ ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਇਸਲਾਮਿਕ ਸਟੇਟ ਦੇ ਨਾਲ ਸੰਬੰਧ ਰੱਖਦਾ ਸੀ ਅਤੇ ਇਹ ਕੈਨੇਡੀਅਨ ਸਿਟੀ ਦੇ ਉੱਤੇ ਹਮਲਾ ਕਰਨ ਦੀ ਪੂਰੀ ਤਿਆਰੀ ਦੇ ਵਿੱਚ ਸੀ। ਉਹਨਾਂ ਨੇ ਦੱਸਿਆ ਕਿ US ਤੋਂ ਮਿਲੀ ਇਨਫੋਰਮੇਸ਼ਨ ਦੇ ਮੁਤਾਬਿਕ ਉਸਨੇ ਇੱਕ ਵੀਡੀਓ ਵੀ ਬਣਾਈ ਸੀ ਜਿਸ ਦੇ ਵਿੱਚ ਉਹ ਇਹ ਹਮਲਾ ਕਰਨ ਦੀ ਗੱਲ ਕਰ ਰਿਹਾ ਸੀ। ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਏਰਨ ਡਰਾਈਵਰ ਦੇ ਘਰ ਦੇ ਉੱਤੇ ਪੁਲਿਸ ਨੇ ਛਾਪਾ ਮਾਰਿਆ ਅਤੇ ਉਸ ਨੂੰ ਮਾਰ ਦਿੱਤਾ। ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਦੇਖਦੇ ਹੀ ਉਸਨੇ ਆਪਣੇ ਆਪ ਨੂੰ ਵਿਸਫੋਟ ਦੇ ਨਾਲ ਉਡਾ ਲਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਲਈ ਇਹ ਪਹਿਲਾ ਸਿਕਿਉਰਿਟੀ ਟੈਸਟ ਸੀ ਕਿਉਂਕਿ ਜਦੋਂ ਦੇ ਉਹ ਪ੍ਰਾਈਮ ਮਿਨਿਸਟਰ ਬਣੇ ਹਨ ਹਜੇ ਤੱਕ ਕੈਨੇਡਾ ਦੇ ਵਿੱਚ ਇਹੋ ਜਿਹੀ ਕੋਈ ਵੀ ਘਟਨਾ ਦੇਖਣ ਨੂੰ ਨਹੀਂ ਮਿਲੀ ਜਿਸ ਦੇ ਕਰਕੇ ਕਿ ਕੈਨੇਡਾ ਦੇ ਕਿਸੇ ਸ਼ਹਿਰ ਦੇ ਉੱਤੇ ਖਤਰਾ ਪੈਦਾ ਹੁੰਦਾ ਹੋਵੇ। ਪੁਲਿਸ ਨੇ ਇਸ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸਨੇ ਅਗਲੇ 72 ਘੰਟਿਆਂ ਦੇ ਅੰਦਰ ਅੰਦਰ ਸ਼ਹਿਰ ਦੇ ਉੱਤੇ ਹਮਲਾ ਕਰਨਾ ਸੀ। ਥਾਈਲੈਂਡ ਦੇ ਵਿੱਚ ਬੈਂਕਾਕ ਸ਼ਹਿਰ ਦੇ ਵਿੱਚ 2 ਬੰਬ ਵਿਸਫੋਟ ਹੋਏ ਜਿਸ ਦੇ ਵਿੱਚ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 20 ਹੋਰ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਹਨ। ਹਜੇ ਤੱਕ ਇਹ ਕਲੀਅਰ ਨਹੀਂ ਹੋ ਸਕਿਆ ਕਿ ਇਸ ਹਮਲੇ ਦੇ ਪਿੱਛੇ ਕਿਸੇ ਅੱਤਵਾਦੀ ਗਰੁੱਪ ਜਾਂ ਫਿਰ ਕਿਸੇ ਹੋਰ ਗੈਂਗ ਦਾ ਹੱਥ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਥਾਈਲੈਂਡ ਦੇ ਹੀ ਕਿਸੇ ਵਿਰੋਧੀ ਗਰੁੱਪ ਨੇ ਮਾਹੌਲ ਖਰਾਬ ਕਰਨ ਦੇ ਲਈ ਉੱਥੇ ਬੰਬ ਧਮਾਕਾ ਕੀਤਾ। ਪੁਲਿਸ ਨੇ ਦੱਸਿਆ ਕਿ ਇਹ ਬੰਬ ਦੋਨੇ ਰਿਮੋਟ ਕੰਟਰੋਲ ਦੇ ਨਾਲ ਡੈਟੋਨੇਟ ਕੀਤੇ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੈਮਸੰਗ ਦਾ ਇੱਕ ਸੈੱਲਫੋਨ ਬਰਾਮਦ ਹੋਇਆ ਹੈ ਜੋ ਕਿ ਮੰਨਿਆ ਜਾ ਰਿਹਾ ਕਿ ਇਸ ਦੇ ਨਾਲ ਬੰਬ ਡੈਟੋਨੇਟ ਕੀਤੇ ਗਏ ਸਨ। ਦੱਸਿਆ ਜਾ ਰਿਹਾ ਕਿ ਇਹ ਧਮਾਕਾ ਕਰਨ ਦੇ ਲਈ ਉਹ ਦਿਨ ਚੁਣਿਆ ਗਿਆ ਜਿਸ ਦਿਨ ਥਾਈਲੈਂਡ ਦੇ ਵਿੱਚ ਕਵੀਨ ਸਿਰੀਕਿਟ ਦਾ ਜਨਮ ਦਿਨ ਸੀ। ਹਜੇ ਤੱਕ ਇਸ ਦੇ ਵਿੱਚ ਕੋਈ ਹੋਰ ਇਨਫੋਰਮੇਸ਼ਨ ਸਾਹਮਣੇ ਨਹੀਂ ਆਈ ਹੈ। ਸ਼ਿਕਾਗੋ ਦੇ ਵਿੱਚ ਇੱਕ ਮੁਸਲਿਮ ਔਰਤ ਨੇ ਪੁਲਿਸ ਅਫਸਰ ਦੇ ਉੱਤੇ ਹਿਜਾਬ ਅਤੇ ਮੂੰਹ ਤੋਂ ਜ਼ਬਰਦਸਤੀ ਨਕਾਬ ਲਾਉਣ ਦਾ ਇਲਜ਼ਾਮ ਲਾਇਆ ਹੈ। ਅਲਮਤਾਰ ਨਾਮ ਦੀ ਇਸ ਮਹਿਲਾ ਨੇ 6 ਪੁਲਿਸ ਅਫਸਰ ਅਤੇ ਸਿਟੀ ਆਫ਼ ਸ਼ਿਕਾਗੋ ਦੇ ਖਿਲਾਫ਼ ਕੀਤੇ ਗਏ ਲਾਅਸੂਟ ਦੇ ਵਿੱਚ ਦੱਸਿਆ ਕਿ ਉਹ ਟ੍ਰੇਨ ਸਟੇਸ਼ਨ ਦੇ ਉੱਤੇ ਜਾ ਰਹੀ ਸੀ ਜਦੋਂ ਉਸਨੇ ਦੇਖਿਆ ਕਿ ਕੁਝ ਪੁਲਿਸ ਅਫਸਰਸ ਉਸ ਵੱਲ ਵੱਧ ਰਹੇ ਹਨ, ਪਰ ਉਹ ਨਹੀਂ ਰੁਕੀ ਅਤੇ ਸਟੇਸ਼ਨ ਤੇ ਜਾਣ ਦੇ ਲਈ ਪੌੜੀਆਂ ਚੜ੍ਹ ਰਹੀ ਸੀ। ਪੁਲਿਸ ਅਫਸਰਸ ਨੇ ਉਸ ਨੂੰ ਧੱਕਾ ਮਾਰ ਕੇ ਪੌੜੀਆਂ ਦੇ ਉੱਤੇ ਹੀ ਸਿੱਟ ਲਿਆ ਅਤੇ ਜ਼ਬਰਦਸਤੀ ਉਸਦਾ ਹਿਜਾਬ ਅਤੇ ਨਕਾਬ ਲਾਇਆ ਅਤੇ ਉਸ ਨੂੰ ਅੱਤਵਾਦੀ ਕਿਹਾ। ਇਸ ਲਾਅਸੂਟ ਦੇ ਵਿੱਚ ਉਸਦੇ ਵਕੀਲ ਗ੍ਰੈਗਰੀ ਕੁਲਿਸ ਅਤੇ ਸ਼ਿਕਾਗੋ ਕੌਂਸਲ ਆਫ ਅਮੈਰੀਕਨ ਇਸਲਾਮਿਕ ਰਿਲੇਸ਼ਨ ਉਹਨਾਂ ਦੇ ਨਾਲ ਹਨ। ਉਹਨਾਂ ਨੇ ਦੱਸਿਆ ਕਿ ਹੋਰ ਪੁਲਿਸ ਅਫਸਰ ਇਹ ਸਾਰਾ ਘਟਨਾਕ੍ਰਮ ਦੇਖ ਰਹੇ ਸਨ ਅਤੇ ਉਹ ਉਸ ਨੂੰ ਰੋਕ ਸਕਦੇ ਸਨ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਅਲਮਤਾਰ ਨੂੰ ਥਾਣੇ ਦੇ ਵਿੱਚ ਲਿਜਾ ਕੇ ਤਲਾਸ਼ੀ ਦੇ ਲਈ ਕੱਪੜੇ ਲਾਉਣ ਦਾ ਹੁਕਮ ਵੀ ਦਿੱਤਾ ਗਿਆ ਸੀ। ਰੀਓ ਓਲੰਪਿਕਸ 2016 ਦੇ ਵਿੱਚ ਮਾਈਕਲ ਫੈਲਿਪਸ ਨੇ ਅੱਜ ਇੱਕ ਹੋਰ ਗੋਲਡ ਮੈਡਲ ਜਿੱਤ ਕੇ ਆਪਣੇ ਗੋਲਡ ਮੈਡਲ ਦੀ ਸੰਖਿਆ 22 ਕਰ ਲਈ ਹੈ। ਮਾਈਕਲ ਫੈਲਿਪਸ ਇਸ ਓਲੰਪਿਕਸ ਦੇ ਵਿੱਚ ਕੁੱਲ 4 ਗੋਲਡ ਮੈਡਲ ਜਿੱਤ ਚੁੱਕੇ ਹਨ। ਉਹਨਾਂ ਦੇ ਓਲੰਪਿਕਸ ਦੇ ਵਿੱਚ ਟੋਟਲ ਮੈਡਲਸ ਦੀ ਸੰਖਿਆ 26 ਪਹੁੰਚ ਚੁੱਕੀ ਹੈ। ਉਹਨਾਂ ਨੇ 2004 ਦੇ ਵਿੱਚ 2 ਬ੍ਰੌਂਜ ਮੈਡਲ ਅਤੇ 2012 ਦੀਆਂ ਓਲੰਪਿਕਸ ਦੇ ਵਿੱਚ 2 ਸਿਲਵਰ ਮੈਡਲ ਜਿੱਤੇ ਸਨ। ਅੱਜ 200 ਮੀਟਰ ਮੈਡਲੀ ਸਵਿਮਿੰਗ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੇ ਗੋਲਡ ਮੈਡਲ ਜਿੱਤਿਆ। ਓਲੰਪਿਕਸ ਦੇ ਵਿੱਚ ਰਿਆਨ ਮਰਫੀ ਨੇ ਬੈਕ ਸਟ੍ਰੋਕ ਸਵਿਮਿੰਗ ਮੁਕਾਬਲੇ ਦੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਜੇਕਰ ਮੈਡਲ ਟੈਲੀ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਕੋਲ ਕੁੱਲ ਹੁਣ 15 ਗੋਲਡ ਮੈਡਲ ਹੋ ਚੁੱਕੇ ਹਨ ਅਤੇ 12 ਸਿਲਵਰ ਮੈਡਲ 10 ਬ੍ਰੌਂਜ ਮੈਡਲ ਦੇ ਨਾਲ ਕੁੱਲ 37 ਮੈਡਲ ਦੀ ਸੰਖਿਆ US ਪਹਿਲੇ ਨੰਬਰ ਦੇ ਉੱਤੇ ਬਣਿਆ ਹੋਇਆ ਹੈ। ਦੂਸਰੇ ਨੰਬਰ ਦੇ ਉੱਤੇ ਚਾਈਨਾ ਦੇ ਕੋਲ 11 ਗੋਲਡ ਮੈਡਲ, 8 ਸਿਲਵਰ ਅਤੇ 11 ਬ੍ਰੌਂਜ ਮੈਡਲ ਹਨ। ਤੀਸਰੇ ਨੰਬਰ ਦੇ ਉੱਤੇ ਜਪਾਨ ਅਤੇ ਚੌਥੇ ਦੇ ਉੱਤੇ ਆਸਟ੍ਰੇਲੀਆ ਬਣੇ ਹੋਏ ਹਨ। ਕੁੱਲ 56 ਦੇਸ਼ਾਂ ਨੇ ਮੈਡਲ ਟੈਲੀ ਦੇ ਉੱਤੇ ਆਪਣਾ ਨਾਮ ਦਰਜ ਕਰਵਾ ਦਿੱਤਾ ਗਿਆ ਹੈ, ਪਰ ਇਹਨਾਂ ਦੇ ਵਿੱਚ ਹਜੇ ਇੰਡੀਆ ਕਿਤੇ ਵੀ ਨਜ਼ਰ ਨਹੀਂ ਆਉਂਦਾ। ਪਿਛਲੇ ਮਹੀਨੇ ਸਾਊਥ ਵੈਸਟ ਏਅਰਲਾਈਨਸ ਦੀਆਂ ਕੈਂਸਲ ਹੋਈਆਂ ਫਲਾਈਟ, ਜੋ ਕਿ ਦੱਸਿਆ ਜਾ ਰਿਹਾ ਹੈ ਕਿ ਕੰਪਿਊਟਰ ਆਊਟੇਜ ਦੇ ਕਾਰਨ ਕੈਂਸਲ ਹੋਈਆਂ ਸਨ, ਉਸ ਦੇ ਕਾਰਨ ਸਾਊਥ ਵੈਸਟ ਏਅਰਲਾਈਨਸ ਨੂੰ $54 million ਦਾ ਨੁਕਸਾਨ ਹੋਇਆ ਹੈ। ਅੱਜ ਡੈਲਸ ਮਾਰਨਿੰਗ ਨਿਊਜ਼ ਦੇ ਵਿੱਚ ਆਈ ਇੱਕ ਰਿਪੋਰਟ ਦੇ ਮੁਤਾਬਿਕ ਕੰਪਨੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਪੂਰੇ ਆਊਟੇਜ ਦੇ ਚੱਕਰ ਦੇ ਵਿੱਚ 2000 ਫਲਾਈਟਸ ਕੈਂਸਲ ਕਰਨੀਆਂ ਪਈਆਂ, ਜਿਸ ਦੇ ਕਾਰਨ ਉਹਨਾਂ ਨੂੰ ਇਹ $54 million ਦਾ ਨੁਕਸਾਨ ਹੋਇਆ। ਇੱਕ ਇਸੇ ਤਰ੍ਹਾਂ ਦੀ ਪਾਵਰ ਆਊਟੇਜ ਦੇ ਕਰਕੇ ਥੋੜੇ ਹੀ ਦਿਨ ਪਹਿਲਾਂ ਡੈਲਟਾ ਏਅਰਲਾਈਨਸ ਦੀਆਂ ਫਲਾਈਟਸ ਵੀ ਕੈਂਸਲ ਹੋਈਆਂ ਸਨ। ਹਜੇ ਤੱਕ ਉਹਨਾਂ ਨੇ ਆਪਣੇ ਨੁਕਸਾਨ ਦੇ ਅੰਕੜੇ ਕਿਸੇ ਵੀ ਰਿਪੋਰਟ ਦੇ ਵਿੱਚ ਸਾਂਝੇ ਨਹੀਂ ਕੀਤੇ ਹਨ।
ਇਹ ਸਨ ਜੀ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 83 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 69 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋਅ। ਸੈਕਰਾਮੈਂਟੋ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋਅ। ਯੂਬਾ ਸਿਟੀ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋਅ। ਸਟੋਕਟਨ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋਅ। ਟ੍ਰੇਸੀ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋਅ। ਮੋਡੈਸਟੋ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 101 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 101 ਡਿਗਰੀ ਹਾਈ ਅਤੇ ਰਾਤ ਨੂੰ 73 ਡਿਗਰੀ ਲੋ। ਲੋਸ ਏਂਜਲਸ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਟਰਕੀ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਸੈਟਲ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 73 ਡਿਗਰੀ ਲੋ। ਨਿਊਯਾਰਕ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 80 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 33 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 23 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 34 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 25 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਡਾਓ ਜੋਨਸ 117 ਅੰਕ ਵੱਧ ਕੇ 18,613.52 ਤੇ ਬੰਦ ਹੋਇਆ। ਨੈਸਡੈਕ 23 ਅੰਕ ਵੱਧ ਕੇ 5,228.4 ਤੇ ਬੰਦ ਹੋਇਆ। S&P 10 ਅੰਕ ਵੱਧ ਕੇ 2,185.79 ਤੇ ਬੰਦ ਹੋਇਆ। ਵਿਲਸ਼ਾਇਰ 5,000 103 ਅੰਕ ਵੱਧ ਕੇ 22,670.5 ਤੇ ਬੰਦ ਹੋਇਆ। ਅਤੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਮੇਸਿਸ ਦਾ ਰਿਹਾ, ਜਿਸ ਦੀ ਕੀਮਤ 40.09 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ ਅਮੈਰੀਕਨ ਡਾਲਰ ਦੀ ਕੀਮਤ ਰਹੀ 60.81 ਰੁਪਏ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51.43 ਰੁਪਏ, ਇੱਕ ਬ੍ਰਿਟਿਸ਼ ਪਾਊਂਡ ਦੀ ਕੀਮਤ ਰਹੀ 86.63 ਰੁਪਏ, ਇੱਕ ਯੂਰੋ ਦੀ ਕੀਮਤ ਰਹੀ 74.41 ਰੁਪਏ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 51.30 ਰੁਪਏ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48.13 ਰੁਪਏ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49.68 ਰੁਪਏ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 170.20 ਰੁਪਏ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221.32 ਰੁਪਏ। ਸੋਨੇ ਦਾ ਰੇਟ $1,340.52 ਪਰ ਔਂਸ ਰਿਹਾ ਅਤੇ ਚਾਂਦੀ $19.97 ਪਰ ਔਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ, ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5100 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।